ਅਤੇ ਕਾਂਗਰਸ ਸਰਕਾਰ ਹੀ ਹੁਣ ਆਪ ਨਾ ਕਰਕੇ ਐਸ ਐਚ ਓ ਜਾਂ ਪੁਲਿਸ ਵਾਲਿਆਂ ਥਰੂ ਕੰਮ ਕਰਾਉਂਦੀ ਫਿਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਮੈਂਬਰਾਨ ਸਾਹਿਬ ਦੀ ਜਿਹੜੀ ਬਦਨਾਮੀ ਕੀਤੀ, ਜਿਹੜੇ ਕਿ ਐਸ ਐਚ ਓ ਘਲਕਲਾ ਮਿਸਟਰ ਜਗਤਾਰ ਸੰਧੂ ਹੈ, ਉਹਨਾਂ ਨੇ ਫੋਲ ਫਾਰਵਰਡ ਕੀਤੀ ਹੈ ਗਰੁੱਪਸ ਦੇ ਵਿੱਚ, ਜਿਹਦੇ 'ਚ ਕਿ ਬਹੁਤ ਹੀ ਡੈਫਾਮੇਟਿਵ ਲੈਂਗੁਏਜ ਯੂਜ਼ ਕੀਤੀ ਗਈ ਹੈ ਸਰ ਸੁਖਬੀਰ ਸਿੰਘ ਜੀ ਬਾਦਲ ਬਾਰੇ ਅਤੇ ਸਰ ਬੀਬਾ ਹਰਸਿਮਰਤ ਕੌਰ ਬਾਦਲ ਬਾਰੇ। ਸਾਰਿਆਂ ਨੂੰ ਪਤਾ ਹੈ ਕਿ ਸਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਅੰਮ੍ਰਿਤਧਾਰੀ, ਉਹਨੇ ਪੋਸਟ 'ਚ ਇਹ ਦਿਖਾਇਆ ਜਿਵੇਂ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਆ, ਦਾਰੂ ਪੀਂਦੇ ਆ, ਅਤੇ ਉਹਦੇ ਵਿੱਚ ਮਤਲਬ ਉਸ ਤੋਂ ਬਾਅਦ ਜਿਹੜੀ ਹੈਗੀ ਉਹ ਪ੍ਰੋਬਲਮ ਕ੍ਰੀਏਟ ਕਰਦੇ ਆ ਰੈਸਟੋਰੈਂਟ ਦੇ ਵਿੱਚ ਘਰ ਜਾ ਕੇ। ਇਹ ਇੱਕ ਇੰਸੀਡੈਂਟ ਹੈਗਾ ਜਿਹੜਾ ਚੱਲਦਾ ਹੋਇਆ ਆਪਣੇ ਪਿੱਛੇ ਮੈਂ ਲੈ ਕੇ ਜਾਂਦਾ। ਅਸੀਂ ਪਿਛਲੇ ਸਾਲ ਇੱਕ ਸਿਮਿਲਰ ਪੋਸਟ ਆਈ ਸੀਗੀ ਜਿਹਦੇ ਸਰ ਸੁਖਬੀਰ ਸਿੰਘ ਜੀ ਬਾਦਲ ਵਿਕਾਸ ਸਿਮਰਤਕੌਰ ਬਾਦਲ ਜੀ ਨੂੰ ਇਹਨਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀਗਾ, ਜਿਹ 'ਚ ਅਸੀਂ ਐੱਫ ਆਈ ਆਰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਪੀਲ ਦਿੱਤੀ ਅਤੇ ਐੱਫ ਆਈ ਆਰ ਰਜਿਸਟਰ ਹੋਈ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵਲੰਟੀਅਰ ਨਿਕਲਿਆ, ਉਹਨੇ ਮੰਨਿਆ ਕਿ ਉਹਨੇ ਸਾਰਾ ਕੰਮ ਭਗਵੰਤ ਮਾਨ ਦੇ ਉੱਤੇ ਕਹਿਣ 'ਤੇ ਕੀਤਾ ਸੀਗਾ, ਜਿਹਦੇ ਵਿੱਚ ਕਿ ਬਦਨਾਮੀ ਸ਼੍ਰੋਮਣੀ ਅਕਾਲੀ ਦਲ 'ਤੇ ਕੀਤੀ ਸੀ। ਉਹ ਮਾਫ਼ੀ ਮੰਗ ਕੇ ਗਿਆ, ਜਿੱਦਾਂ ਕਿ ਪਿੱਛੇ ਚਰਚਾ ਹੋਈ ਹੈ, ਪਿਛਲੇ ਹਫ਼ਤੇ ਦੇ ਵਿੱਚ ਲਾਸਟ ਪਿਛਲੇ ਹਫ਼ਤੇ ਦੀ ਗੱਲ ਹੈ, ਪੁਲਿਸ ਕੋਲ ਵੀ ਆਪਣਾ ਲਿਖਤੀ ਮਾਫ਼ੀਨਾਮਾ ਦੇ ਗਿਆ, ਅਤੇ ਉਹ 'ਚ ਮੰਨਿਆ ਕਿ ਉਹਨੇ ਇਹ ਜਿਹੜਾ ਕੰਮ ਹੈਗਾ ਭਗਵੰਤ ਮਾਨ ਦੇ ਕੀਤਾ ਸੀ। ਹੁਣ ਇੱਕ ਐੱਸ ਐੱਚ ਓ ਦੀ ਪੋਸਟ ਪਾਉਣਾ ਦੱਸਦਾ, ਇਹ ਇੱਕ ਮਾਨਸਿਕ ਜਿਹੜੀ ਹੈਗੀ ਹੈ ਸਥਿਤੀ ਦਰਸਾਉਂਦਾ ਕਾਂਗਰਸ ਦੀ, ਕਿਉਂਕਿ ਐੱਸ ਐੱਚ ਓ ਜਿਹੜਾ ਹੈਗਾ ਕਾਂਗਰਸ ਸਰਕਾਰ ਦੇ ਵਿੱਚ ਲੱਗਿਆ, ਅਤੇ ਕਾਂਗਰਸ ਸਰਕਾਰ ਹੀ ਹੁਣ ਆਪ ਨਾ ਕਰਕੇ ਐੱਸ ਐੱਚ ਓ ਜਾਂ ਪੁਲਿਸ ਵਾਲਿਆਂ ਥਰੂ ਕੰਮ ਕਰਾਉਂਦੀ ਫਿਰਦੀ ਹੈ। ਔਰ ਇਹਨੇ ਪੋਸਟ ਪਾਈ ਜਿਹੜੀ ਪਾਈ ਹੈ ਆਪਣੀ ਬਹੁਤ ਮਾੜੀ ਪੋਸਟ ਹੈਗੀ ਹੈ, ਅਤੇ ਕਾਂਗਰਸ ਦੀ ਹੁਣ ਜਿਹੜੀ ਆ ਮਾਨਸਿਕਤਾ ਦਿਖਾ ਰਹੀ ਕਿ ਇੱਕ ਬਿਮਾਰ ਮਾਨਸਿਕਤਾ ਦੇ ਜਿਹੜੇ ਚੱਲਦੇ ਹੋਏ ਇਹਨਾਂ ਨੇ ਪੋਸਟਾਂ ਪਾਉਣੀ ਸ਼ੁਰੂ ਕੀਤੀਆਂ ਨੇ। ਔਰ ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਮੈਂਬਰਾਨ ਸਾਹਿਬ ਦੀ ਜਿਹੜੀ ਬਦਨਾਮੀ ਕੀਤੀ ਹੈਗੀ, ਜਿਹਦੇ 'ਚ ਕਿ ਧਾਰਮਿਕ ਤੌਰ 'ਤੇ ਬਹੁਤ ਠੇਸ ਪਹੁੰਚੀ ਹੈ, ਆਮ ਸਿੱਖ ਨੂੰ ਬਹੁਤ ਠੇਸ ਪਹੁੰਚੀ ਹੈ, ਅਤੇ ਜਿੰਨੇ ਸਾਡੇ ਮੈਂਬਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਿਹੜੇ ਇਹਦੇ ਅੰਮ੍ਰਿਤਧਾਰੀ ਮੈਂਬਰ, ਇਸ ਕਰਕੇ ਅਸੀਂ ਉਹਦੇ ਖਿਲਾਫ਼ ਦਰਖਾਸਤ ਦਿੱਤੀ ਹੈ ਤਾਂ ਜੋ ਜਿਹੜੇ ਹੈਗੇ ਉਹਦੇ ਖਿਲਾਫ਼ ਵੀ ਇੱਕ ਐੱਫ ਆਈ ਆਰ ਰਜਿਸਟਰ ਕੀਤੀ ਜਾਵੇ, ਤਾਂ ਕਿ ਜਿੱਥੇ ਸੰਗੀਤ ਧਾਰਾਵਾਂ ਦੇ ਥੱਲੇ ਬਲਕਿ ਪੰਜਾਬ ਪੁਲਿਸ ਰੂਲ ਦੇ ਵਿੱਚ ਵੀ, ਪੰਜਾਬ ਪੁਲਿਸ ਦੇ ਵਿੱਚ ਲਿਖਿਆ ਰੂਲਸ ਦੇ ਵਿੱਚ ਲਿਖਿਆ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਤੁਸੀਂ ਐਫੀਲੀਏਸ਼ਨ ਨਹੀਂ ਕਰਦੇ ਜਾਂ ਨੌਕਰੀ ਕਰਦੇ, ਨੌਕਰੀ ਕਰਦੇ ਹੋਏ ਉਹਨੇ ਪੋਲੀਟੀਕਲ ਪਾਰਟੀ ਦਾ ਐਫੀਲੀਏਸ਼ਨ ਦਿਖਾ ਕੇ ਕੰਮ ਕੀਤਾ ਹੈਗਾ, ਅਤੇ ਇਸ ਕਰਕੇ ਉਹਦਾ ਜਿਹੜਾ ਐਕਟ ਹੈਗਾ ਉਹ ਜ਼ਿਆਦਾ ਸੀਰੀਅਸ ਹੈ, ਅਤੇ ਇਸ ਮੰਗ ਕਰਦੇ ਹਾਂ ਕਮਿਸ਼ਨਰ ਸਾਹਿਬ ਤੋਂ, ਕਿਉਂਕਿ ਸਰਕਾਰ ਤੋਂ ਤਾਂ ਅਸੀਂ ਕੋਈ ਉਮੀਦ ਰੱਖਦੇ ਨਹੀਂ, ਸਰਕਾਰ ਨੇ ਤਾਂ ਉਹੀ ਕੰਮ ਕਰਨਾ ਜੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕੀਤੀ ਜਾਵੇ, ਪ੍ਰਧਾਨ ਸਾਹਿਬ ਦੀ ਬਦਨਾਮੀ ਕੀਤੀ ਜਾਵੇ, ਤਾਂ ਇਹਦੇ ਖਿਲਾਫ਼ ਇੱਦਾਂ ਦੇ ਐੱਸ ਐੱਚ ਓ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾਵੇ, ਤਾਂ ਹੋਰ ਅਗਰ ਪੁਲਿਸ ਮੁਲਾਜ਼ਮ ਕੋਈ ਇੱਦਾਂ ਦੇ ਕਰਦੇ ਆ ਤਾਂ ਕੰਮ ਫੋਰਵਰਡ ਵੀ ਕਰਦੇ ਆ, ਉਹਨਾਂ ਖਿਲਾਫ਼ ਵੀ ਜਿਹੜੀ ਕਰ। ਇਹ ਜਿਹੜੇ ਗਰੁੱਪ ਹੈਗੇ ਆ ਜੀ ਅਲੱਗ ਅਲੱਗ ਗਰੁੱਪਸ ਦੇ ਵਿੱਚ ਹੈਗੀ ਹੈ, ਜਿਹਦੇ 'ਚ ਕਿ ਪੁਲਿਸ ਵਾਲੇ ਬਹੁਤ ਸਾਰੇ ਮੈਂਬਰ ਹੈਗੇ ਨੇ, ਆਮ ਸਿਵਲੀਅਨਸ ਕਈ ਮੈਂਬਰ ਹੈ, ਕਿ ਪੋਲੀਟੀਕਲ ਪਾਰਟੀ ਵਾਲੇ ਮੈਂਬਰ ਹੈਗੇ ਨੇ। ਅੱਗੇ ਮੈਨੂੰ ਫੋਰਵਰਡ ਕੀਤੀ ਗਈ ਸੀਗੀ ਉਹ ਪੋਸਟ ਦੇ ਵਿੱਚ ਕੀ ਆ ਸਰਕੂਲੇਟ ਹੋ ਰਹੀ ਹੈ, ਉਸ 'ਤੇ ਚੱਲਦਿਆਂ ਹੋਇਆਂ ਅਸੀਂ ਸੀ ਪੀ ਸਾਹਿਬ ਨੂੰ ਅਸ਼ਵਨੀ ਕਪੂਰ ਜੀ ਨੇ ਮਿਲ ਕੇ ਆਇਆ, ਜਿਹਦੇ ਵਿੱਚ ਐੱਸ ਐੱਚ ਓ ਢਲਕਲਾਂ ਜੁਗਰਾਜ ਸੰਧੂ, ਜਿਸ ਨੇ ਇੱਕ ਧਿਰ ਬਣ ਕੇ ਇੱਕ ਸੋਸ਼ਲ ਮੀਡੀਆ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਹਰਸਿਮਰਤ ਕੌਰ ਬਾਦਲ ਭੈਣ ਜੀ ਉਹਨਾਂ ਦੀ ਜਿਹੜੀ ਫੋਟੋ ਗਲਤ ਤਰੀਕੇ ਨਾਲ ਵਾਇਰਲ ਕੀਤੀਆਂ, ਉਹਦੇ ਖਿਲਾਫ਼ ਅਸੀਂ ਕੰਪਲੇਂਟ ਕਰਕੇ ਆਏ ਹਾਂ। ਮੈਂ ਸਮਝਦਾ ਕਿ ਇੱਕ ਐੱਸ ਐੱਚ ਓ ਦਾ ਪੁਲਿਸ ਦਾ ਕੰਮ ਹੁੰਦਾ ਕਿ ਧਿਰ ਨਾ ਬਣ ਕੇ ਸਗੋਂ ਲੋਕਾਂ ਦੀਆਂ ਜਿਹੜੇ ਕੋਈ ਗਲਤ ਕਰਦਾ ਉਹਦਾ ਇਨਸਾਫ ਦੇਣਾ, ਅਤੇ ਜੇ ਪੁਲਿਸ ਹੀ ਉਹ ਜੇ ਰਲ ਜੂਗੀ ਜਿੱਦਾਂ ਕਹਿੰਦੇ ਵੀ ਚੋਰ ਅਤੇ ਕੁੱਤੀ ਰਲੇ ਹੋਏ ਆ, ਤਾਂ ਉਹ ਕੰਮ ਜੇ ਕਰੇਗੀ ਤਾਂ ਫਿਰ ਹਾਲਾਤ ਕੀ ਬਣ ਜਾਣਗੇ, ਅਤੇ ਹਾਲਾਤ ਇਹੋ ਜਿਹੇ ਬਣ ਚੁੱਕੇ ਜਿਹੜੇ ਆਪਣੇ ਅਕਾਵਾਂ ਨੂੰ ਕਾਂਗਰਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਐੱਸ ਐੱਚ ਓ ਇਹ ਕੰਮ ਕਰਦੇ ਆ, ਅਸੀਂ ਉਹਨੂੰ ਬਿਲਕੁਲ ਨਹੀਂ ਬਖਸ਼ਾਂਗੇ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਭਗਵੰਤ ਮਾਨ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੀ ਪਾਈ ਸੀ, ਬਾਅਦ 'ਚ ਮਾਫ਼ੀ ਮੰਗ ਕੇ ਛੁੱਟਿਆ ਸੀ। ਅਤੇ ਮੈਂ ਸਮਝਦਾ ਇਹੋ ਜਿਹੇ ਐੱਸ ਐੱਚ ਓ 'ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਕਾਨੂੰਨ ਤੋੜਦੇ ਆ, ਜੇ ਕਾਨੂੰਨ ਤੋੜਨ ਵਾਲੇ ਇਹ ਕੰਮ ਕਰਕੇ ਤਾਂ ਪੰਜਾਬ ਦਾ ਤਾਂ ਕੀ ਬੁਰਾ ਹਾਲ ਹੋ ਚੁੱਕਾ, ਅਤੇ ਆਪਣੇ ਕੰਮਾਂ ਨੂੰ ਖੁਸ਼ ਨਾ ਕਰਨ, ਪੰਜਾਬ ਦੇ ਲੋਕਾਂ ਨੂੰ ਜਿਹੜੇ ਇਨਸਾਫ ਮੰਗਦੇ ਉਹਨਾਂ ਦੇ ਇਨਸਾਫ ਲਈ ਕੰਮ ਕਰਨ। ਕੀ ਲੱਗਦਾ ਜੀ ਸਿਆਸਤ ਤੋਂ ਪ੍ਰੇਰਿਤ ਸੀ ਇਹ? ਬਿਲਕੁਲ ਸਿਆਸਤ ਤੋਂ ਪ੍ਰੇਰਿਤ ਹੈ ਜੀ, ਕਿਉਂਕਿ ਉਹਨੇ ਗਰੁੱਪਾਂ ਦੇ ਵਿੱਚ ਪਾਈ ਆ, ਕਿਤੇ ਗਲਤੀ ਨਾ ਇੱਕ ਹੁੰਦੀ ਆ, ਉਹ ਗਰੁੱਪਾਂ ਦੇ ਵਿੱਚ ਆਪ ਵਾਰਿਆ, ਕਈ ਗਰੁੱਪਾਂ ਦੀ ਅਸੀਂ ਪ੍ਰੂਫ ਦੇ ਕੇ ਆਏ, ਅਤੇ ਮੈਂ ਸਮਝਦਾ ਕਿ ਉਹਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਹੋਊਗੀ, ਅਤੇ ਜਿੰਨੇ ਨਾਲ ਦੇ ਲੋਕਾਂ ਨੂੰ ਸਬਕ ਵੀ ਮਿਲੂਗਾ। ਇਹ ਫੋਟੋਆਂ ਹਜੇ ਹਟਾਈਆਂ ਤੁਹਾਡੇ ਕਹਿਣ ਤੋਂ ਬਾਅਦ ਕੀ ਹਜੇ ਵੀ ਪਈਆਂ? ਨਹੀਂ, ਹਲੇ ਪਈਆਂ ਹੋਈਆਂ ਜੀ, ਹੁਣ ਦੇਖਦੇ ਹਾਂ, ਹੁਣ ਕੰਪਲੇਂਟ ਕਰਕੇ ਨਿਕਲੇ ਹਾਂ, ਅਤੇ ਦੇਖਦੇ ਹਾਂ ਵੀ ਇਸ ਤੋਂ ਬਾਅਦ ਕੀ ਹੁੰਦਾ। ਅਗਲੀ ਰਣਨੀਤੀ ਕੀ ਰਹੇਗੀ? ਰਣਨੀਤੀ ਇਹਨਾਂ ਦੇ ਖਿਲਾਫ਼ ਸਾਡੀ ਜੰਗ ਰਹੂਗੀ, ਕਿਉਂਕਿ ਇਹੋ ਜਿਹੇ ਲੋਕ ਜਿਹਨਾਂ ਨੂੰ ਅਸੀਂ ਨੱਥ ਪਾ ਕੇ ਛੱਡਾਂਗੇ, ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੀ ਤਰਜਮਾਨੀ ਕੀਤੀ ਹੈ, ਅਤੇ ਜੇ ਐੱਸ ਐੱਚ ਓ ਪੁਲਿਸ ਵਾਲੇ ਇੱਦਾਂ ਕੰਮ ਕਰਨਗੇ, ਤਾਂ ਮੈਂ ਸਮਝਦਾ ਕਿ ਉਹ ਆਪਣੇ ਕੰਮ ਨੂੰ ਖੁਸ਼ ਕਰਨਾ ਚਾਹੁੰਦੇ, ਅਤੇ ਅਸੀਂ ਇਹ ਕੰਮ ਹੋਣ ਨਹੀਂ ਦਿਆਂਗੇ।